श्रोमणी अकाली दल ने जिहड़ी पिछले दिन किसान मोर्चे नूं एक चिट्ठी लिखी सी, उन्होंने 32 किसान जथेबंदियां ने अज उस संबंध दे विच उहदे ते विचार चर्चा करन वास्ते जिहड़ी कल मीटिंग रखी है उहदा प्रधान श्रोमणी अकाली दल दे नाम दे उत्ते इनविटेशन जिहड़ा अज प्राप्त होया। और प्रधान साहब ने चार पार्टी के लीडर साहबान की ड्यूटी लाई है कि वह कल जाके जिहड़ी मीटिंग चंडीगढ़ दे विच हो रही है उहदे विच जाके श्रोमणी अकाली दल की तरफों शमूलियत करे। उहदे विच साढ़े पार्टी के सैकटरी जनरल सरदार बलविंदर सिंह भुंदड़ साहब ने, सीनियर वाइस प्रैजीडेंट प्रोफेसर प्रेम सिंह जी चंदू माजरा साहब ने, सीनियर वाइस प्रैजीडेंट सरदार महेश इंद्र सिंह गरेवाल साहब, और चौथे नंबर के उत्ते मेरी ड्यूटी लगी है। मैं भी कल उन्होंने नाल जाके असी जिहड़ी मीटिंग है उन्हां दी वो अटेंड करांगे ते पार्टी दे वल्लों सारा जिहड़ा पक्ष है वो उत्थे रखांगे। यही अज जानकारी है जिहदे वास्ते तुहानूं पुछ रहे सी। धन्यवाद। ਉਹ ਤਾਂ ਆਲਰੇਡੀ ਹਾਲੇ ਜਿਹੜੇ ਅਸੀਂ 10 ਤਰੀਕ ਤੱਕ ਕੀਤੇ ਸੀ, ਕੱਲ੍ਹ ਉਹਨਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਫਿਰ ਅਸੀਂ ਵਿਚਾਰ ਚਰਚਾ ਕਰਕੇ ਹੋਰ ਕੋਈ ਜਿਹੜੀ ਅਗਲੀ ਗੱਲ ਹੈ ਉਹ ਫਿਰ ਮੀਡੀਆ ਦੇ ਨਾਲ ਸਾਂਝੀ ਕਰਾਂਗੇ। ਇਸ ਕਰਕੇ ਜਿਹੜਾ ਫੈਸਲਾ ਹੋਇਆ ਅੱਜ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਪ੍ਰਧਾਨ ਸਾਹਿਬ ਦੀ ਕਿ ਮੀਟਿੰਗ ਕੱਲ੍ਹ ਅਸੀਂ ਅਟੈਂਡ ਕਰਾਂਗੇ, ਚਾਰ ਲੀਡਰਾਂ ਦੇ ਨਾਮ ਅਸੀਂ ਉਹਨਾਂ ਨੂੰ ਭੇਜ ਦਿੱਤੇ ਆ, ਉਹ ਜਾ ਕੇ ਕੱਲ੍ਹ ਚੰਡੀਗੜ੍ਹ ਦੇ ਵਿੱਚ ਮੀਟਿੰਗ ਅਟੈਂਡ ਕਰਨਗੇ। ਦੇਖੋ ਮੈਂ ਹੋਰ ਅੱਜ ਕਿਸੇ ਗੱਲ ਦੇ ਉੱਤੇ ਕੋਈ ਕਮੈਂਟ ਨਹੀਂ ਕਰਨਾ ਅਤੇ ਮੀਟਿੰਗ ਕੱਲ੍ਹ ਅਟੈਂਡ ਕਰਨ ਤੋਂ ਬਾਅਦ ਫਿਰ ਜਿਹੜੀ ਕੋਈ ਡਿਸਕਸ਼ਨ ਹੋਏਗੀ ਉਸ ਦੇ ਉੱਤੇ ਕੁਛ ਕਹਿਣਾ ਹੋਏਗਾ ਫਿਰ ਪਾਰਟੀ ਦੀ ਲੀਡਰਸ਼ਿਪ। ਹਾਂਜੀ, ਜਿਹੜਾ ਨਵਾਂ ਹਾਈਵੇ ਬਣ ਰਿਹਾ ਉੱਥੇ ਕਿਸਾਨਾਂ ਦੇ ਨਾਲ ਬਹੁਤ ਵੱਡੀ ਬੇਇਨਸਾਫੀ ਹੋ ਰਹੀ ਹੈ, ਕਿਉਂਕਿ ਸਾਡੇ ਵੇਲੇ ਵੀ ਲੈਂਡ ਜਿਹੜੀ ਹੈ ਨੈਸ਼ਨਲ ਹਾਈਵੇਜ਼ ਵਾਸਤੇ ਐਕੁਆਇਰ ਹੋਈ ਸੀ, ਪਰ ਸਾਡੀ ਐਡੀ ਕਮਾਲ ਦੀ ਪਾਲਿਸੀ ਸੀ ਕਿ ਕਰੋੜਾਂ ਰੁਪਏ ਪਰ ਏਕੜ ਦੇ ਹਿਸਾਬ ਨਾਲ ਲੋਕਾਂ ਨੂੰ ਜਿਹੜੀ ਹੈ ਕੰਪਨਸੇਸ਼ਨ ਮਿਲੀ। ਪਰ ਹੁਣ ਜਿਹੜੀ ਸਟੇਟ ਗਵਰਨਮੈਂਟ ਦੀ ਕਮਜ਼ੋਰੀ ਕਰਕੇ ਕੌਡੀਆਂ ਦੇ ਭਾਅ ਜਿਹੜੀ ਹੈ ਉਹਨਾਂ ਕਿਸਾਨਾਂ ਦੀ ਜ਼ਮੀਨ ਜਿਹੜੀ ਹੈ ਉਹ ਨੈਸ਼ਨਲ ਜੰਮੂ ਕਟੜਾ ਹਾਈਵੇ ਜਿਹੜਾ ਬਣ ਰਿਹਾ ਉਹਦੇ ਵਾਸਤੇ ਕੌਡੀਆਂ ਦੇ ਭਾਅ ਜ਼ਮੀਨ ਖਰੀਦੀ ਜਾ ਰਹੀ। ਇਸ ਕਰਕੇ ਗਵਰਨਮੈਂਟ ਪੰਜਾਬ ਦੀ ਨੂੰ ਚਾਹੀਦਾ ਕਿ ਕੇਂਦਰ ਸਰਕਾਰ ਨਾਲ ਟੇਕਅਪ ਕਰੇ ਔਰ ਜੋ ਸਾਡੀ ਪਾਲਿਸੀ ਸੀ ਉਸੇ ਤਰ੍ਹਾਂ ਹੀ ਕਿਸਾਨਾਂ ਨੂੰ ਮਾਰਕੀਟ ਰੇਟ ਦੇ ਉੱਤੇ ਰੇਟ ਮਿਲੇ, ਉਹਦੇ ਨਾਲ ਉਜਾੜਾ ਅਲਾਊਂਸ ਬਾਕੀ ਚੀਜ਼ਾਂ ਜਿਵੇਂ ਸਾਡਾ ਤੈਅ ਸੀ ਉਸੇ ਤਰੀਕੇ ਨਾਲ ਮਿਲਣਾ ਚਾਹੀਦਾ। ਅਸੀਂ ਜਿਹੜੇ ਵੀ ਰੋਡ ਵਾਸਤੇ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ, ਮੈਂ ਉਹਨਾਂ ਦੀ ਮੰਗ ਦੀ ਹਮਾਇਤ ਕਰਦਾ।